जो असीं खड़े हुंदे हां उह लंबे पै जांदे हां, जदों असीं लंबे पईए उह खड़े हो जांदे हां। की जदों असीं खड़े हुंदे हां उह लंबे पै जांदे ने, जदों असीं लंबे पैने आ उह खड़े हो जांदे ने। जो असीं खड़े हुंदे आ उह लंबे पैंदे ने। मेरी परछाई ठीक है, वह भी खड़ी नाल थोड़े खड़ी है, उह हट जा। जदों असीं खड़े हुंदे आ लंबे पैंदे ने। ਤੁਸੀਂ ਵੀ ਦੱਸੋ ਜੀ ਜਲਦੀ ਜਲਦੀ ਕਮੈਂਟ ਕਰਕੇ ਆਏ ਹੋ ਕਿ ਤੁਹਾਨੂੰ ਤਾਂ ਸਾਰਿਆਂ ਨੂੰ ਬਹੁਤ ਤੁਸੀਂ ਲੰਮੇ ਪੈਨੇ ਹੋ ਜਲਦੀ ਜਲਦੀ ਪਤਾ ਲੱਗੂ। ਜਿਹਦੇ ਕੋਲ ਦਿਮਾਗ ਆ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੂੰ, ਸੋ ਅੱਜ ਪਤਾ ਲੱਗੂ ਕਿਹਦਾ ਦਿਮਾਗ ਕਿੰਨਾ ਚੱਲਦਾ। ਮੇਰੀ ਬੋਡੀ ਨਾਲ ਜੁੜੀ ਹੋਈ ਕੋਈ ਚੀਜ਼ ਹੈ? ਹਾਂ। ਹੈਂ? ਆ ਕੀ ਹੋ ਰਿਹਾ ਸੀ? ਉਹ ਮੈਂ ਸੋ ਪਲਕਾਂ ਵੀ ਹੋ ਸਕਦਾ ਕਿ ਪਲਕਾਂ ਜਦ ਅਸੀਂ ਲੰਮੇ ਪੈਨੇ ਆ ਤਾਂ ਪਲਕਾਂ ਗਿਰ ਜਾਂਦੀ, ਜਦ ਖੜੇ ਹੁੰਦੇ ਆ ਪਲਕਾਂ ਉੱਠ ਜਾਂਦੀ ਹੈ। ਮੈਨੂੰ ਲੱਗਿਆ ਕਿਤੇ ਪਲਕਾਂ ਜਵਾਬ ਨਾ ਹੋ। ਨੋ 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 ਨੋ, ਗਲਤ ਸਾਈਡ ਨਹੀਂ ਜਾਣਾ, ਵਾਪਸ ਆਓ। ਪਲਕਾਂ ਨਹੀਂ ਹੈਗੀਆਂ? ਨਹੀਂ ਹੈ। ਉਹ ਪਲਕਾਂ ਵਿੱਚ ਵੀ ਤਾਂ ਜਵਾਬ ਹੋ ਸਕਦਾ ਨਾ। ਦੇਖੋ ਪਲਕਾਂ ਉੱਪਰ ਜਦੋਂ ਬੰਦਾ ਸੌਂਦਾ ਤਾਂ ਪਲਕਾਂ ਜਿਹੜੀਆਂ ਉਹ ਖੜੀ ਹੋ ਜਾਂਦੀ। ਨਹੀਂ, ਪਲਕ ਲੰਮਾ ਪੈਂਦਾ ਖੜੀ ਥੋੜ੍ਹਾ ਨਾ ਹੁੰਦੀ ਹੈ, ਇਹ ਉਲਟਾ ਹੈ। ਤਾਂ ਹੀ ਕਿਹਾ ਜਿਹਨਾਂ ਕੋਲ ਦਿਮਾਗ ਹੋਊਗਾ ਉਹ ਮਿੰਟੋ ਮਿੰਟ ਜਵਾਬ ਦੇਣਗੇ। ਜਦੋਂ ਮੈਂ ਖੜਾ ਹੁੰਦਾ ਹਾਂ ਉਹ ਲੰਮੇ ਪੈ ਜਾਂਦੇ, ਉਹ ਲੰਬੇ ਪੈ ਜਾਂਦੇ। ਜੋ ਤੁਸੀਂ ਖੜੇ ਹੁੰਦੇ ਪਲਕਾਂ ਤੁਹਾਡੀਆਂ ਨਾਲ ਉੱਠਦੀਆਂ ਨੇਗੀਆਂ, ਉੱਪਰ ਹੁੰਦੀਆਂ ਨੇ। ਜੋ ਤੁਸੀਂ ਪਹਿਨੇ ਹੋਗੇ ਫਿਰ ਇਹ ਵੀ ਪੈ ਜਾਂਦੀਆਂ ਨੇ, ਬੰਦ ਹੋ ਜਾਂਦੀਆਂ ਨੇ। ਬਟ ਉਹ ਚੀਜ਼ ਆ ਜਿਹੜੀ ਜਦੋਂ ਆਪਾਂ ਖੜੇ ਹੁੰਦੇ ਹਾਂ ਉਹ ਲੰਬੀ ਪੈ ਜਾਂਦੀ ਆ, ਅਤੇ ਜਦੋਂ ਆਪਾਂ ਪਏ ਹੁੰਦੇ ਹਾਂ ਉਹ ਖੜੀ ਹੋ ਜਾਂਦੀ ਆ। ਪੈਰ ਪੈਰ ਕਿਵੇਂ, ਐਕਸਪਲੇਨ ਮੀ। ਪੈਰ ਜਦੋਂ ਅਸੀਂ ਖੜੇ ਹੁੰਦੇ ਹਾਂ ਤਾਂ ਉਹ ਲੰਬੀ ਐਂ ਹੋ ਜਾਂਦੀ ਹੈ, ਐਂ ਹੋ ਜਾਂਦੀ, ਐਂ ਹੋ ਜਾਂਦੇ ਆ। ਹਾਂ, ਜਿੱਦਾਂ ਵੀ ਐਂ ਹੋ ਜਾਂਦੇ ਨੇ, ਠੀਕ ਹੈ। ਹਾਂ, ਤੇ ਜਦੋਂ ਅਸੀਂ ਲੰਮੇ ਪੈਂਦੇ ਹਾਂ ਫਿਰ ਉਹ ਤਾਂ ਨੂੰ ਹੋ ਜਾਂਦੇ, ਫਿਰ ਉਹ ਐਂ ਹੋ ਜਾਂਦੇ ਆ। ਬਿਲਕੁਲ ਸਹੀ, ਹਾਂਜੀ। ਸੋ ਇਹਦਾ ਸਹੀ ਜਵਾਬ ਆ ਪੈਰ। ਲੇਕਿਨ ਮੈਨੂੰ ਗੱਲ ਹਜ਼ਮ ਨਹੀਂ ਹੋਈ। ਇਹਦਾ ਹੀ ਸਹੀ ਜਵਾਬ ਆ। ਲੇਕਿਨ ਮੈਨੂੰ ਗੱਲ ਹਜ਼ਮ ਨਹੀਂ ਹੋਈ। ਸੋ ਚੂਰਨ ਖਾਓ ਜਾਓ। ਨਹੀਂ, ਮੈਨੂੰ ਹਾਜਮੁੱਲਾ ਖਾ ਕੇ ਆਓ। ਨਹੀਂ ਨਹੀਂ ਨਹੀਂ, ਸੋਚਣ ਵਾਲੀ ਗੱਲ ਹੈ ਨਾ ਕਿ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਮੇ ਪੈ ਜਾਂਦੇ ਨੇ, ਆਹ ਮੈਂ ਖੜੇ ਹਾਂ ਤਾਂ ਮੇਰੇ ਲੰਮੇ ਕਿੱਥੇ ਪਏ ਨੇ? ਅੱਛਾ, ਲੰਮੇ ਮਤਲਬ ਲੰਮੇ ਪਏ ਤਾਂ ਹੈਗੇ, ਫਲੈਟ ਪਏ ਆ। ਆਹ ਹੈ ਨਾ ਫਲੈਟ। ਹੋਰ ਤੁਹਾਡੇ ਪੈਰ ਕੀ ਐਂ ਖੜੇ ਹੋ ਜਾਂਦੇ ਨੇ ਤੁਹਾਡੇ ਨਾਲ? ਪੈਰਾਂ ਦੇ ਤਲਵੇ ਕੀ ਕਹਿੰਦੇ ਨੇ? ਤਲੇ ਤਲੇ, ਜੋ ਵੀ ਉਹਦੇ ਨੇ ਤਲੇ ਹੈ ਨਾ, ਪੈਰ ਦੇ ਤਲੇ ਉਹ ਲੰਮੇ ਪਏ ਹੁੰਦੇ ਨੇ। ਅੱਡੀ ਨੀਚੇ ਲੱਗ ਜਾਂਦੀ ਹੈ, ਲੰਮੇ ਪੈ ਜਾਂਦੇ ਆ ਉਹ ਪੈਰ ਥਲੇ ਐਂ ਹੋ ਜਾਂਦੇ ਨੇ, ਫਿਰ ਅੱਡੀ ਉੱਪਰ ਨੂੰ ਹੋ ਜਾਂਦੀ ਹੈ, ਅੱਡੀ ਤਾਹ ਨੂੰ ਹੋ ਜਾਂਦੀ ਹੈ। ਆਇਆ ਸਮਝ? ਆਇਆ ਨੇਹਾ ਜੀ, ਕਿਆ ਬਾਤ ਹੈ ਨੇਹਾ ਜੀ, ਕਿਆ ਬਾਤ ਹੈ, ਕਿੱਥੋਂ ਬੁਝਾਰਤਾ ਲੈ ਕੇ ਆ ਰਹੇ ਹੋ? ਨੇਹਾ ਲਈ ਯਾਰ ਇੱਕ ਲਾਈਕ ਤਾਂ ਬਣਦਾ ਹੀ ਹੈ। ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਸਾਡੀ ਵੀਡੀਓ ਵਿੱਚ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਡੇ ਧਿਆਨ 'ਚ ਲਿਆਇਓ, ਅਸੀਂ ਸੁਧਾਰ ਕਰਾਂਗੇ। ਨਿੱਕੇ ਨਿੱਕੇ ਮੇਮਨੇ ਆਹਾ ਪਹਾੜ ਚੁੱਕੀ ਜਾਂਦੇ ਨੇ, ਵਾ ਵਾ ਰਾਜਾ ਪੁੱਛੇ ਰਾਣੀ ਨੂੰ ਕੀ ਜਨੂਰ ਜਾਂਦੇ ਨੇ। ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀ ਜਾਂਦੇ ਨੇ, ਇਹ ਨਿੱਕੇ ਨਿੱਕੇ ਮੇਮਨੇ ਪਹਾੜ ਕਿਵੇਂ ਚੁੱਕ ਲੈਣਗੇ? ਚੁੱਕਿਆ ਹੋਇਆ ਆਹ ਪਹਾੜ ਹੈ ਨਾ, ਕਿੰਨਾ ਵੱਡਾ ਪਹਾੜ ਹੈ, ਚੱਕੋ। ਤੁਸੀਂ ਨਿੱਕੇ ਜਿਹੇ ਮੇਮਣੇ ਹੋ, ਪਹਾੜ ਚੱਕ ਕੇ ਦਿਖਾਓ। ਜੇ ਚੱਕ ਲਿਆ ਮੇਰੇ ਵੱਲੋਂ ਇੱਕ ਪੈਪਸੀ ਇਨਾਮ। ਮੈਂ ਤੁਹਾਨੂੰ ਦੋ ਦੇ ਦਿੰਦੀ, ਤੁਸੀਂ ਚੱਕ ਲਓ। ਮੈਂ ਨਿੱਕਾ ਮੇਮਣਾ ਥੋੜਾ, ਮੈਂ ਵੱਡਾ ਮੇਮਣ। ਚੱਲ ਤੁਸੀਂ ਇਹ ਤਾਂ ਮੰਨਿਆ ਤੁਸੀਂ ਮੇਮਣੇ ਹੋ। ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ। ਇਹਦੇ ਵਾਸਤੇ ਲੋਕ ਕਈ ਜਵਾਬ ਕੱਢਦੇ ਨੇ। ਕੋਈ ਲੋਕ ਕਹਿੰਦੇ ਨੇ ਕੀੜੀਆਂ, ਕੀੜੀਆਂ ਜਾਂਦੀਆਂ ਨੇ ਉਹ ਦਾਣੇ ਚੁੱਕਦੇ ਹੋਏ, ਹੈ ਨਾ। ਕਹਿੰਦੇ ਨੇ ਕੀੜੀਆਂ ਆਪਣੇ ਵਜਨ ਤੋਂ ਕਈ ਗੁਣਾ ਭਾਰ ਚੱਕ ਸਕਦੀਆਂ ਨੇ। ਬਿਲਕੁਲ, ਅੱਜ ਕੱਲ੍ਹ ਉਹ ਵੀਡੀਓ ਨੇ ਦੇਖੀ ਤੁਹਾਨੇ, ਇੰਨੀਆਂ ਸਾਰੀਆਂ ਕੀੜੀਆਂ ਮਿਲ ਕੇ ਸੋਨੇ ਦੀ ਚੇਨ ਚੱਕੀ ਜਾਂਦੀਆਂ ਸੀਗੀਆਂ। ਹਾਂ, ਇਹ ਵੀ ਹੁੰਦਾ। ਹਾਂ, ਮੈਨੂੰ ਲੱਗਦਾ ਉਹ ਟ੍ਰੇਨਿੰਗ ਕੀਤੀ ਹੋਏਗੀ ਐਂਟਮੈਨ ਨੇ, ਉਹ ਐਂਟਮੈਨ ਨੀ ਪਤਾ ਨਾ, ਉਹ ਟ੍ਰੇਨਿੰਗ ਕਰਕੇ ਨਾ ਕੀੜੀਆਂ ਨੂੰ ਉਹ ਕੀੜੀਆਂ ਤੋਂ ਐਂ ਕੁਛ ਨਾ ਕੁਛ ਕਰਵਾ ਲੈਂਦਾ ਪੱਕਾ, ਗੜਬੜਿਆ ਦਿਆ। ਹਾਂਜੀ, ਤੋ ਵੈਸੇ ਇਹਦਾ ਸਹੀ ਜਵਾਬ ਜਿਹੜਾ ਹੈ ਨਾ ਜੀ, ਜਿਹੜਾ ਕੱਢਿਆ ਜਾਂਦਾ ਉਹ ਹੈ ਰੇਲ ਗੱਡੀ ਦੇ ਡੱਬੇ, ਰੇਲ ਗੱਡੀ ਦੇ ਡੱਬੇ। ਨਿੱਕੇ ਨਿੱਕੇ ਮੇਮਣੇ ਪਹਾੜ ਚ ਕਹਿੰਦੇ ਉਹ ਤੇ ਸਵਾਨ ਭਰਿਆ ਹੁੰਦਾ ਹੈ, ਮਤਲਬ ਕਿ ਉਹਨਾਂ ਦੇ ਟਾਇਰ ਨੇ ਜਿਹੜੇ ਉਹਨਾਂ ਨੂੰ ਨਿੱਕੇ ਨਿੱਕੇ ਮੇਮਣੇ ਕਿਹਾ ਗਿਆ ਵਾ, ਤੇ ਪਹਾੜ ਚੁੱਕੀ ਜਾਂਦੇ ਨੇ ਜਿਹੜੇ ਡੱਬੇ ਨੇਗੇ ਉਹਨਾਂ ਨੂੰ ਪਹਾੜ ਕਿਹਾ ਗਿਆ। ਹਾਂ, ਤੋ ਇਹਦਾ ਸਹੀ ਜਵਾਬ ਜੀ ਰੇਲ ਗੱਡੀ ਦੇ ਡੱਬੇ। ਹਾਂਜੀ, ਠੀਕ ਹੈ ਜੀ।